ਅੱਜ ਕਤਰ ਵਰਗੀਆਂ ਕੰਟਰੀਆਂ ਮੰਗ ਰਹੀਆਂ ਸਮਾਨ। ਮੈਂ ਕਤਰ ਗਈ ਸੀ ਸਪੋਰਟਸ ਦੇ ਪਿੱਛੇ, ਬਾਬਾ ਰਾਮਦੇਵ ਦੀ ਫਾਈਲ ਉਹਨਾਂ ਨੇ ਭੁਗਾ ਕੇ ਮਾਰੀ ਡਸਟਬਿਨ 'ਚ, ਕਿਉਂਕਿ ਉਹ ਕੁਆਲੀਫਾਈ ਨਹੀਂ ਕੀਤੀ। ਜਦੋਂ ਤੱਕ ਸਾਡੇ ਬੰਦੇ ਫੀਮ ਖਾਂਦੇ ਸੀ ਸਰਕਾਰੀ, ਮੈਂ ਹਸਪਤਾਲ 'ਚ ਕੰਮ ਕਰਦੀ ਸੀ, ਥੋੜ੍ਹਾ ਜਿਹਾ ਕੋਟਾ ਆਉਂਦਾ ਸੀਗਾ ਫੀਮ ਦਾ, ਬੰਦੇ ਡਰੱਗਸ 'ਤੇ ਨਹੀਂ ਲੱਗੇ ਸੀ, ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਸਿੰਥੈਟਿਕ ਡਰੱਗਸ 'ਤੇ ਪਾਉਣਾ ਸੀ। ਅਸੀਂ ਫੀਮ ਦੀ ਖੇਤੀ ਬੰਦ ਕੀਤੀ। ਡਾਕਟਰ ਨਵਜੋਤ ਕੌਰ ਸਿੱਧੂ ਅੱਜ ਹਲਕਾ ਸਨੌਰ 'ਚ ਨਵੇਂ ਦਫ਼ਤਰ ਦਾ ਉਦਘਾਟਨ ਕਰਨ ਲਈ ਪਹੁੰਚੇ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਅਤੇ ਬੱਚਿਆਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਉੱਥੇ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਰਵਾਇਤੀ ਖੇਤੀ ਛੱਡ ਕੇ ਆਧੁਨਿਕ ਖੇਤੀ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਉੱਥੇ ਉਹਨਾਂ ਇਹ ਵੀ ਕਿਹਾ ਕਿ ਅਫੀਮ ਦੀ ਖੇਤੀ ਨੂੰ ਮਾਨਤਾ ਦਿਵਾਉਣ ਲਈ ਉਹ ਕੰਮ ਕਰਨਗੇ। ਉੱਥੇ ਉਹਨਾਂ ਨੇ ਜੱਟ ਮਹਾਂਸਭਾ ਦਾ ਪ੍ਰਧਾਨ ਬਣਨ ਨੂੰ ਲੈ ਕੇ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਬਰਗਾੜੀ ਸਮੇਤ ਹੋਰ ਰਾਜਨੀਤਿਕ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ। ਲਾ ਸਕਦੇ ਹਾਂ, ਸਾਰੀ ਦੁਨੀਆ 'ਚ ਵੇਚ ਸਕਦੇ ਹਾਂ, ਅਸੀਂ ਵੀ ਆਵਾਕਾਡੋ ਲਾ ਸਕਦੇ ਹਾਂ। ਪੰਜਾਬ ਦੀ ਧਰਤੀ ਵਰਗੀ ਧਰਤੀ ਹੈ ਨਹੀਂ, ਸੋਨੇ ਦੀ ਮਿੱਟੀ ਹੈ। ਇੱਥੇ 12 ਦੇ 12 ਮਹੀਨੇ 24 ਘੰਟੇ ਉਪਜਾਊ ਆਪਾਂ ਚੀਜ਼ਾਂ ਲਾ ਸਕਦੇ ਹਾਂ, ਜਿਹੜੀ ਸਾਰੀ ਦੁਨੀਆ 'ਚ ਵੇਚ ਸਕਦੇ ਹਾਂ। ਬਾਬਾ ਰਾਮਦੇਵ ਕਿਵੇਂ ਪੂਰੀ ਜਿਹੜੀ ਮੋਨੋਪਲੀ ਲੈ ਕੇ ਬੈਠਾ ਹੈ, ਤੁਸੀਂ ਮੈਨੂੰ ਦੱਸੋ। ਉਹਦੇ ਕੋਲ ਹਿੰਦੁਸਤਾਨ ਦਾ ਜ਼ਮੀਨ ਦਾ ਜਿਹੜਾ ਉਹ ਇੰਨੀਆਂ ਗਾਵਾਂ ਲਾ ਕੇ ਉਹਨਾਂ ਦਾ ਦੇਸੀ ਘਿਓ ਵੀ ਵੇਚ ਰਿਹਾ, ਹਰ ਦੁਕਾਨ 'ਤੇ ਉਹਦਾ ਸਮਾਨ ਵਿਕ ਰਿਹਾ ਹੈ, ਕਿੱਥੋਂ ਵਿਕ ਰਿਹਾ? ਮੈਡਮ, ਇਹ ਵੀ ਸੁਣਦੇ ਸਰਕਾਰ ਦੀ ਗੱਲ ਕੀਤੀ ਜਾਵੇ, ਸਰਕਾਰ ਵੀ ਉਹਨਾਂ ਨੂੰ ਜਿਹੜਾ ਫਾਇਦਾ ਦਿੰਦੀ ਹੈ ਜਿੱਥੇ ਕਿ ਸਰਕਾਰ ਨੂੰ ਫਾਇਦਾ ਹੁੰਦਾ ਹੈ, ਕਿ ਪੰਜਾਬ ਦੇ ਕਿਸਾਨਾਂ ਨੂੰ ਵੀ ਪ੍ਰਫੁੱਲਿਤ ਕਰ ਸਕਦੇ? ਤੁਸੀਂ ਬਾਬਾ ਰਾਮਦੇਵ ਦੀ ਗੱਲ ਕੀਤੀ ਹੈ, ਬਿਲਕੁਲ ਕਰ ਸਕਦੇ ਹਾਂ। ਜਿੰਨੀ ਆਪਾਂ ਦਾਲ ਲੈਂਦੇ ਹਾਂ, ਇਹਨਾਂ ਨੇ ਦੱਸਿਆ ਵੀ ਤੁਸੀਂ ਰਾਈਸ ਨਾ ਲਾਓ, ਆਪਾਂ ਕਿੰਨੇ ਲੋਕ ਇੱਥੇ ਰਾਈਸ ਖਾਂਦੇ ਹਾਂ। ਆਪਾਂ ਮਿੱਟੀ ਆਪਣੀ, ਕੱਲ ਪਰਸੋਂ ਫੋਟੋ ਪਾਈ ਸੀ, ਕਿਸੇ ਨੇ ਬੰਜਰ ਹੋ ਰਹੀ ਹੈ ਜ਼ਮੀਨ, ਕਿੰਨਾ ਪਾਣੀ ਵਰਤ ਰਹੇ ਹਾਂ, ਆਪਾਂ ਕਿੰਨੇ ਕੁ ਖਾਂਦੇ ਹਾਂ। ਆਪਾਂ ਤਾਂ ਆਟਾ ਖਾਣ ਵਾਲੀ ਹੋਵਾਂ, ਆਪਾਂ ਰਾਈਸ ਤੋਂ ਕਿਉਂ ਨਹੀਂ ਦਾਲਾਂ 'ਤੇ? ਜਦੋਂ ਆਪਾਂ ਨੂੰ ਪਤਾ ਸੀ PDS ਸਿਸਟਮ ਦੇ ਵਿੱਚ ਦਾਲਾਂ, ਕਰੋੜਾਂ ਰੁਪਏ ਦਾ ਆਪਣਾ ਪੈਸਾ ਹੈ ਜਿਹੜਾ ਮਾਰਕੀਟ 'ਤੇ ਪੰਸਪ ਲਈ ਆਪਾਂ ਦਾਲਾਂ ਦਾ ਦੇਣਾ, ਜਿਹੜਾ ਆਪਾਂ ਦੇਣਾ ਹੀ ਦੇਣਾ, ਅਤੇ ਸਰਕਾਰ ਨੇ ਕਿਉਂ ਨਹੀਂ ਪੰਜਾਬ ਦੇ ਕਿਸਾਨ ਤੋਂ ਚੁੱਕਿਆ? ਆਪਾਂ ਬਾਹਰੋਂ ਕਿਉਂ ਖਰੀਦ ਰਹੇ ਹਾਂ? ਆਪਾਂ ਕਿਸਾਨ ਨੂੰ ਦੱਸ ਹੀ ਨਹੀਂ ਰਹੇ ਵੀ ਭਾਈ ਤੂੰ ਆਲਾ ਮੈਂ ਖਰੀਦੂ। ਸਰਕਾਰ ਦੇ ਵਿੱਚੋਂ, ਤੁਹਾਡੇ ਹਸਬੈਂਡ ਦੀ ਸਰਕਾਰ ਦੇ ਵਿੱਚੋਂ, ਕੀ ਪੰਜਾਬ ਸਰਕਾਰ ਨਾਲ ਇਸ ਬਾਰੇ ਗੱਲਬਾਤ ਕਰੋਗੇ? ਕਿਉਂਕਿ ਕਿਸਾਨੀ ਵੀ ਡੁੱਬਦੀ ਜਾ ਰਹੀ ਹੈ, ਖੇਤਾਂ ਦੇ ਵਿੱਚ ਜਿਹੜਾ ਫਸਲ ਕਿਸਾਨ ਰੁਲਦਾ ਫਿਰਦਾ, ਕਿਸ ਬਾਰੇ ਕਰੋ ਵੀ ਕਿਸਾਨ ਵੀ ਪ੍ਰਫੁੱਲਤ ਹੋ? ਦੇਖੋ, ਅਸੀਂ ਗੱਲਾਂ ਕਰਕੇ ਬਹੁਤ ਦੇਖ ਲਿਆ, ਮੈਨੂੰ ਤਾਂ 4 ਸਾਲ ਦਾ ਬਾਹਰ ਹੀ ਬਿਠਾਇਆ ਹੋਇਆ। ਮੈਂ ਜਦੋਂ CPSC ਮੈਂ ਕੰਮ ਕੀਤਾ, ਜਦੋਂ ਪੋਸਟ ਹੁੰਦੀ ਹੈ ਬੰਦਾ ਕੰਮ ਕਰਦਾ ਹੈ, ਪਰ ਮੈਂ ਜੱਟ ਮਹਾਂਸਭਾ 'ਚ ਕਿਉਂਕਿ ਹੈਗੀ ਹਾਂ, ਪ੍ਰਧਾਨ ਬਣੀ ਹਾਂ, ਜਦੋਂ ਤਾਕਤ ਹੋਊਗੀ, ਜਦੋਂ ਉਸ ਲੈਵਲ 'ਤੇ ਬੰਦਾ ਮਿਲੂਗਾ ਜਿਹੜਾ ਗੱਲ ਕਰੂਗਾ। ਗੱਲ ਕਰਨ ਨਾਲ ਕੁਛ ਨਹੀਂ ਹੁੰਦਾ, ਜਿਹੜਾ ਗੱਲ ਸੁਣੂਗਾ ਅਤੇ ਸਮਝੂਗਾ ਅਤੇ ਕੱਢੂਗਾ। ਪਰ ਇਹ ਪ੍ਰਣ ਜ਼ਰੂਰ ਲੈਂਦੇ ਹਾਂ ਕਿ ਕਿਸਾਨ ਨੂੰ ਇਸ 'ਚੋਂ ਕੱਢਾਂਗੇ, ਯੂਥ ਨੂੰ ਰੋਕਾਂਗੇ। ਯੂਥ IT ਸੈੱਲ ਖੋਲ੍ਹੇਗਾ, ਯੂਥ ਖੋਲ੍ਹੇਗਾ, ਵੇਅਰ ਹਾਊਸਿਸ ਖੋਲ੍ਹੇਗਾ, ਕੋਲਡ ਸਟੋਰ ਖੋਲ੍ਹੇਗਾ। 200 ਕੰਪਨੀਆਂ ਨਾਲ ਗੱਲ ਕਰਾਂਗੇ। ਮੇਰੀ 28 ਨੂੰ ਅਮਰੀਕਾ ਅਤੇ ਇੰਗਲੈਂਡ ਗੱਲ ਹੋ ਰਹੀ ਹੈ, ਉਸ 'ਤੇ ਹਰ NRI ਨੂੰ ਰਿਕੁਐਸਟ ਕਰ ਰਹੀ ਹਾਂ, ਦਸੌਂਦ ਇੱਥੇ ਭੇਜੋ, ਇੱਥੇ ਕੰਪਨੀਆਂ ਭੇਜੋ, 200 ਕੰਪਨੀਆਂ ਭੇਜੋ ਜਿਹੜੇ ਮੇਰੇ ਕਿਸਾਨਾਂ ਨਾਲ ਗੱਲ ਕਰੇ, 25-25 ਦੂਰ ਦੂਰ ਪਿੰਡਾਂ 'ਚ ਗੱਲ ਕਰੇ, ਉਹਨਾਂ ਨਾਲ ਵਰਕ ਕਰੇ ਵੀ ਭਾਈ ਆਹ ਮਿੱਟੀ ਹੋਣੀ ਚਾਹੀਦੀ, ਉਹਨਾਂ ਦਾ ਸਮਾਨ ਤਿਆਰ ਕਰਾਵੇ, ਉਹ ਵਰਕ ਕਰੇ ਵੀ ਕਿਹੜੀ ਕੰਟਰੀ 'ਚ ਮਾਰਕੀਟ ਕਰਨਾ। ਅੱਜ ਕਤਰ ਵਰਗੀਆਂ ਕੰਟਰੀਆਂ ਮੰਗ ਰਹੀਆਂ ਸਮਾਨ। ਮੈਂ ਕਤਰ ਗਈ ਸੀ ਸਪੋਰਟਸ ਦੇ ਪਿੱਛੇ, ਬਾਬਾ ਰਾਮਦੇਵ ਦੀ ਫਾਈਲ ਉਹਨਾਂ ਨੇ ਭੁਗਾ ਕੇ ਮਾਰੀ ਡਸਟਬਿਨ 'ਚ, ਕਿਉਂਕਿ ਉਹ ਕੁਆਲੀਫਾਈ ਨਹੀਂ ਕੀਤੀ। ਕੁਆਲਿਟੀ ਉਹਦੀ ਠੀਕ ਨਹੀਂ ਸੀ, ਉਹ ਝੂਠ ਸੀ, ਕਿਉਂਕਿ ਇੰਨੀ ਪ੍ਰੋਡਕਸ਼ਨ ਹੈ ਹੀ ਨਹੀਂ। ਉਹਦਾ ਛੋਟੇ ਛੋਟੇ ਬੰਦਿਆਂ ਤੋਂ ਇਕੱਠਾ ਕਰ ਰਿਹਾ ਸਮਾਨ ਅਤੇ ਆਪਣੀਆਂ ਦੁਕਾਨਾਂ 'ਤੇ ਵੇਚ ਰਿਹਾ, ਉਹਦਾ ਆਪਣਾ ਸਮਾਨ ਥੋੜ੍ਹੀ ਹੈ, ਉਹਦੇ ਕੋਲ ਇੰਨੀ ਜ਼ਮੀਨ ਹੀ ਨਹੀਂ ਕਿ ਉਹਨਾਂ ਉਹ ਕਰੇ। ਸੋ ਜਾਇਜ਼ ਕੰਪਨੀ ਆਉਣ, 200 ਆਉਣ ਨਾ, 5 ਕਿਉਂ ਆਉਣ? ਇਕੱਲਾ ਮਾਨੀ ਅਡਾਨੀ ਰਾਮਦੇਵ ਕਿਉਂ ਆਵੇ? 200 ਕੰਪਨੀਆਂ ਦਿਓ, ਉਹ ਕਿਸਾਨਾਂ ਨਾਲ ਬੈਠਣ, ਸਾਨੂੰ ਤਿਆਰ ਕਰੋ। ਮੈਂ ਮੋਦੀ ਜੀ ਤੁਹਾਡੀਆਂ ਲਾਜ਼ ਮੰਨ ਲਾਂਗੇ, ਅਸੀਂ ਵੀ ਚਾਹੁੰਦੇ ਹਾਂ ਕਿਸਾਨ ਕਰੋੜਪਤੀ ਬਣੇ, ਸਾਨੂੰ ਤਿਆਰੀ ਤਾਂ ਕਰਵਾਓ, ਸਾਨੂੰ ਯੂਨੀਵਰਸਿਟੀ 'ਚ ਬੱਚਿਆਂ ਨੂੰ ਪੜ੍ਹਾਓ, ਵੈਟਨਰੀ ਯੂਨੀਵਰਸਿਟੀਜ਼ ਖੋਲ੍ਹੋ, ਬੱਚਿਆਂ ਨੂੰ ਤਿਆਰ ਕਰੋ, IT ਸੈੱਲ ਪਿੰਡਾਂ 'ਚ ਖੋਲ੍ਹੋ, ਬੱਚਿਆਂ ਨੂੰ ਸਮਝਾਓ। ਉਹ ਕੰਪਨੀਆਂ ਆ ਕੇ ਲੋਕਾਂ ਨਾਲ, ਕਿਸਾਨਾਂ ਨਾਲ ਬੈਠਣ, ਕਹਿਣ ਵੀ ਭਾਈ ਤੂੰ ਆਹ ਆਵਾਕਾਡੋ ਲਾ, ਕਿੰਨੇ ਦਾ ਪੀਸ ਦਾ ਵਿਕਦਾ? 400 ਰੁਪਏ ਦਾ ਇੱਕ ਆਵਾਕਾਡੋ ਵਿਕਦਾ, ਅਤੇ ਮੇਰਾ ਕਿਸਾਨ ਪਾਗਲ ਹੈ ਵੀ ਲਾ ਨਹੀਂ ਸਕਦਾ? ਉਹ ਕਿਉਂ ਨਹੀਂ ਕਰਦਾ? ਫੁੱਲ ਤੁਸੀਂ ਲੋਕ ਵਿਆਹਾਂ 'ਤੇ ਇੰਨੇ ਇੰਨੇ ਫੁੱਲ ਆਉਂਦੇ ਹੋ, ਕਿੱਥੋਂ ਆਉਂਦੇ ਆ ਫੁੱਲ? ਕਿ ਪੰਜਾਬ ਦੇ ਕਿਸਾਨ ਦੇ ਫੁੱਲ ਨਹੀਂ ਖਰੀਦ ਸਕਦੇ? ਹੌਪ ਸ਼ੂਟ ਲਾਈ ਹੈ ਇੱਕ ਬਿਹਾਰ ਦੇ ਕਿਸਾਨ ਨੇ, ਤੁਹਾਨੂੰ ਪਤਾ ਕਿੰਨੇ ਦੀ ਵਿਕੀ ਹੈ? 1 ਲੱਖ ਰੁਪਈਏ ਕਿਲੋ, 1 ਲੱਖ ਰੁਪਈਏ ਕਿਲੋ ਹੌਪ ਸ਼ੂਟ ਨਹੀਂ ਲੱਗ ਸਕਦੀ? ਫਿਰ ਤੁਸੀਂ ਜੇ ਡਰੱਗਸ ਦਾ ਧੰਦਾ ਬੰਦ ਕਰਨਾ, ਮੈਂ ਦੁਬਾਰਾ ਕਹਿ ਰਹੀ ਹਾਂ, ਤੁਹਾਨੂੰ ਫੀਮ ਦੀ ਖੇਤੀ ਕਰਨੀ ਪਊਗੀ। ਜੇ ਹਿਮਾਚਲ ਕਰ ਸਕਦਾ, ਸਾਰਾ ਕਰ ਸਕਦਾ। ਜਦੋਂ ਰੂਲ ਕਹਿੰਦੇ ਇੰਡੀਆ ਲਈ ਸੇਮ ਹੈ, ਤਾਂ ਰੂਲ ਇੰਡੀਆ ਦੇ ਲਈ ਸੇਮ ਰੱਖੋ। ਹਰ ਸਟੇਟ ਹੈ, ਪਰ ਸਟੇਟ ਪ੍ਰੋਟੈਕਟ ਕਰੇ। ਜਦੋਂ ਤੱਕ ਸਾਡੇ ਬੰਦੇ ਫੀਮ ਖਾਂਦੇ ਸੀ ਸਰਕਾਰੀ, ਮੈਂ ਹਸਪਤਾਲ 'ਚ ਕੰਮ ਕਰਦੀ ਸੀ, ਥੋੜ੍ਹਾ ਜਿਹਾ ਕੋਟਾ ਆਉਂਦਾ ਸੀਗਾ ਫੀਮ ਦਾ, ਬੰਦੇ ਡਰੱਗਸ 'ਤੇ ਨਹੀਂ ਲੱਗੇ ਸੀ, ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਸਿੰਥੈਟਿਕ ਡਰੱਗਸ 'ਤੇ ਪਾਉਣਾ ਸੀ। ਅਸੀਂ ਫੀਮ ਦੀ ਖੇਤੀ ਬੰਦ ਕੀਤੀ ਤਾਂ ਕਿ ਲੋਕ ਸਿੰਥੈਟਿਕ ਡਰੱਗਸ ਵੱਲ ਜਾਣ, ਫੀਮ ਨੂੰ
ਤਾਂ ਲਗਾਵਾਂਗੇ ਜੇ ਸਰਕਾਰ ਉਨੀ ਕੈਪੇਬਲ ਹੋਵੇ, ਜੇ ਪੁਲਿਸ ਇੰਨੀ ਕੈਪੇਬਲ ਹੋਵੇ। ਹੁਣ ਕਿਉਂ ਨਹੀਂ ਕਹਿ ਰਹੇ? ਕਿਉਂਕਿ ਸਾਨੂੰ ਪਤਾ ਕਿ ਇਰਾਟਿਕ ਹੈ, ਕੰਟਰੋਲ ਹੀ ਨਹੀਂ ਹੈ ਸਿਸਟਮ। ਗਵਰਨਮੈਂਟ ਟੂ ਗਵਰਨਮੈਂਟ ਵਰਕ ਕਰੇ ਨਾ। ਕੈਨੇਡਾ ਮੰਗ ਰਹੀ ਹੈ, ਅਮਰੀਕਾ ਮੰਗ ਰਹੀ ਹੈ, ਕਰੋ ਮਾਰਕੀਟ। ਪਰ ਤੁਸੀਂ ਇਹ ਕਰੋ ਵੀ ਲੋਕਲ ਬੰਦਾ ਆਪਣੀ ਲਿਮਿਟ ਤੋਂ ਬਿਓਂਡ ਨਾ ਲੈ ਸਕੇ। ਪਰ ਜਦੋਂ ਤੱਕ ਉਹ ਲੈ ਰਿਹਾ ਸੀਗਾ, ਉਦੋਂ ਤੱਕ ਉਹ ਡਰੱਗਸ ਨਹੀਂ ਸੀ ਲੈ ਰਿਹਾ। ਇਹ ਗੱਲ ਯਾਦ ਰੱਖਿਓ। ਹੁਣ ਹਿਮਾਚਲ ਕਿਉਂ ਵਰਕ ਕਰ ਰਿਹਾ? ਹਿਮਾਚਲ ਦੇ ਬੇਸਿਸ 'ਤੇ ਪੰਜਾਬ ਨੂੰ ਕਰਨ ਦਿਓ ਨਾ ਖੇਤੀ। ਮੈਡਮ, ਤੁਸੀਂ ਫੀਮ ਦੀ ਖੇਤੀ ਦੀ ਗੱਲ ਕੀਤੀ ਹੈ, ਪੰਜਾਬ ਦੇ ਵਿੱਚ ਪਹਿਲਾਂ ਵੀ ਮੁੱਦਾ ਉੱਠਿਆ ਸੀ ਫੀਮ ਦੀ ਖੇਤੀ ਨੂੰ ਲਾ ਕੇ। ਡਾਕਟਰ ਜਿਹੜਾ ਧਰਮਵੀਰ ਗਾਂਧੀ ਆ, ਉਹਨਾਂ ਵੱਲੋਂ ਉਠਾਇਆ ਗਿਆ ਸੀ। ਪਰ ਡਾਕਟਰ ਕਹੇਗਾ ਮੈਡਮ, ਕਈ ਪਿੰਡਾਂ ਦੇ ਜਿਹੜੇ ਸਰਪੰਚਾਂ ਤੇ ਪੰਚਾਂ ਦੇ ਪਰਚੇ ਵੀ ਕੀਤੇ ਗਏ ਸੀ ਪੰਜਾਬ ਸਰਕਾਰ ਵੱਲੋਂ। ਤੁਸੀਂ ਸਮਝਦੇ ਹੋ ਪੰਜਾਬ ਸਰਕਾਰ ਨੂੰ ਇਹ ਸਟੈਪ ਚੁੱਕਣਾ ਚਾਹੀਦਾ ਹੁਣ? ਮੈਂ ਕਹਿੰਦੀ ਹਾਂ ਚੁੱਕਣਾ ਚਾਹੀਦਾ, ਪਰ ਮੈਂ ਕਹੂੰਗੀ ਉਦੋਂ ਜਦੋਂ ਕੋਈ ਸੁਣਨ ਵਾਲਾ ਬੈਠਾ ਹੋਊਗਾ। ਮੈਂ ਜਦੋਂ ਸਿੰਥੈਟਿਕ ਡਰੱਗ ਤੋਂ ਆਪਣੇ ਬੱਚੇ ਨੂੰ ਰੋਕਣਾ, ਅੱਜ ਦੀ ਡੇਟ 'ਚ ਤੁਸੀਂ ਮੈਨੂੰ ਦੱਸੋ 100 'ਚੋਂ ਕਿੰਨੇ ਬੰਦਿਆਂ ਨੂੰ ਸਟ੍ਰੈਸ ਤੇ ਟੈਨਸ਼ਨ ਹੈ? ਤੁਸੀਂ 100 ਬੰਦੇ ਫੜ ਲਓ ਸੜਕ ਤੇ, 70% ਨੂੰ ਸਟ੍ਰੈਸ ਤੇ ਟੈਨਸ਼ਨ ਹੈ। ਪਹਿਲਾਂ ਕਿਉਂ ਨਹੀਂ ਹੁੰਦੀ ਸੀ? ਥੋੜ੍ਹੀ ਜਿਹੀ ਟੈਨਸ਼ਨ ਹੁੰਦੀ ਸੀ, ਕੁਛ ਹੈ ਚਲੋ ਥੋੜ੍ਹੀ ਜਿਹੀ ਬਿਮਾਰੀ ਹੁੰਦੀ ਸੀ, ਫੀਮ ਬਚਾ ਲੈਂਦੀ ਸੀ। ਅੱਜ ਕੈਨੇਡਾ ਅਤੇ ਅਮਰੀਕਾ ਸਟੱਡੀ ਕਰਕੇ ਕਿਉਂ ਕਹਿ ਰਿਹਾ ਵੀ ਸਾਨੂੰ ਫੀਮ ਦੀ ਜ਼ਰੂਰਤ ਹੈ? ਮੈਂ ਗਾਇਨੀ ਦੀ ਡਾਕਟਰ ਹਾਂ। ਮੋਫੀਨ ਦੇ ਟੀਕੇ ਨਾਲ ਅਸੀਂ ਕੈਂਸਰ ਦਾ ਪੇਸ਼ੈਂਟ ਠੀਕ ਕਰਦੇ ਸੀ, ਦਰਦ ਨਹੀਂ ਸੀ ਠੀਕ ਹੁੰਦੀ, ਅਸੀਂ ਯੂਜ਼ ਕਰਦੇ ਸੀ। ਅਸੀਂ ਉਸ ਤੋਂ ਬਿਨਾਂ, ਡਾਕਟਰ ਹੈ ਨਾ ਜਿਹੜੇ ਹੈਂਡੀਕੈਪ ਫੀਲ ਕਰਦੇ ਹੈ ਓਪੀਅਮ ਅਤੇ ਉਹ ਡਰੱਗਸ ਤੋਂ ਬਿਨਾਂ, ਪਰ ਉਹ ਲੀਗਲਾਈਜ਼ਡ ਹੋਵੇ, ਸਰਕਾਰੀ ਤਰੀਕੇ ਨਾਲ ਯੂਜ਼ ਹੋਵੇ। ਹੁਣ ਜਿਹੜੀ ਚੀਜ਼ ਹੈ ਖੁੱਲ੍ਹੀ ਛੱਡੋਗੇ ਉਹ ਤਾਂ ਹਾਰਮਫੁਲ ਹੈ ਹੀ, ਹੈ ਨਾ? ਪਰ ਜੇ ਉਹਨੂੰ ਇੰਜਨ ਕਰੋਗੇ ਵੀ ਕਿਸਾਨ ਉਹਨੂੰ ਲੀਗਲਾਈਜ਼ ਕਰੇ, ਗਵਰਨਮੈਂਟ ਉਹਨੂੰ ਸਪੋਂਸਰ ਕਰੇ ਅਤੇ ਗਵਰਨਮੈਂਟ ਟੂ ਗਵਰਨਮੈਂਟ ਉਹਦੀ ਸੇਲ ਹੋਵੇ, ਤਾਂ ਕਿਸਾਨ ਲਖਪਤੀ ਹੈ। ਦੱਸੇ ਹੌਪ ਫਰੂਟ ਲਾਵੇ, ਐਵਾਕਾਡੋ ਲਾਵੇ, ਵਿਲੋ ਲਵਾ। ਕਿਸੇ ਨੇ ਇੰਗਲਿਸ਼ ਵਿਲੋ ਲਾਤੀ, ਤੁਹਾਨੂੰ ਪਤਾ ਇੰਗਲਿਸ਼ ਵਿਲੋ ਨਾਲ ਸਾਰੀ ਦੁਨੀਆ ਦੇ ਬੈਟਸ ਬਣਦੇ ਹੈ, ਕਿੰਨੀ ਮਹਿੰਗੀ ਵਿੱਚ ਵਿਕਦੀ ਹੈ। ਅੱਗੇ ਸ਼੍ਰੀਨਗਰ ਤੋਂ ਆਉਂਦੀ ਸੀ, ਪੰਜਾਬ ਦੇ ਕਿਸਾਨ ਨੇ ਇੰਗਲਿਸ਼ ਵਿਲੋ ਲਾਤੀ। ਜੇ ਅੱਜ ਇੰਗਲਿਸ਼ ਵਿਲੋ ਦੀ ਫੈਕਟਰੀ ਅਸੀਂ ਖੋਲ੍ਹੀ, ਜੇ ਅਸੀਂ ਫੈਕਟਰੀਆਂ ਖੋਲ੍ਹੀਏ ਤਾਂ ਬੈਟ ਸਾਰੀ ਦੁਨੀਆ 'ਚ ਵੇਚੀਏ, ਬਾਹਰ ਵੀ ਵੇਚੀਏ। ਗੱਲ ਕੁਛ ਔਖਾ ਨਹੀਂ ਹੈ, ਸਿਰਫ ਯੂਥ ਨੂੰ ਰੁਕਣਾ ਪਊਗਾ, ਯੂਥ ਨੂੰ ਪੜ੍ਹਨਾ ਪਊਗਾ, ਐਡਵਾਂਸ ਸਟੱਡੀਜ਼ ਕਰਨੀਆਂ ਪੈਣੀਆਂ। ਮਾਂ ਬਾਪ ਨੂੰ ਇਕੱਲੇ ਛੱਡ ਕੇ ਬਾਹਰ ਨਾ ਜਾਵੇ, ਪੜ੍ਹਾਈ ਕਰੇ, ਡੰਗਰ ਪਾਲੇ। ਤੁਹਾਨੂੰ ਸਮਝ ਹੋਣੀ ਚਾਹੀਦੀ ਹੈ, ਗਾਂ ਦੇਸੀ ਗਾਂ ਦੇ ਦੁੱਧ ਤੋਂ ਉੱਤੇ ਕੋਈ ਅੰਮ੍ਰਿਤ ਹੈ ਨਹੀਂ। ਉਹਦਾ ਦੇਸੀ ਘਿਓ ਤੁਹਾਨੂੰ ਵੀ ਪਤਾ ਕਿੰਨਾ ਵਿਕਦਾ ਹੈ। ਗੁੜ ਆਪਾਂ ਐਸਿਡ ਪਾਣੀ ਆਪਣਾ ਨਹੀਂ ਵਿਕਦਾ, ਬਾਹਰੋਂ ਕਿਉਂ ਵਿਕਦਾ ਇੰਨਾ ਮਹਿੰਗਾ? ਕਿਉਂ ਵਿਕਦਾ? ਕਿਉਂਕਿ ਉਹਦੀ ਕੁਆਲਿਟੀ ਚੰਗੀ ਹੈ। ਤੁਹਾਨੂੰ ਮੈਂ ਮੰਗਾਉਂਦੀ ਹਾਂ 150 ਰੁਪਏ ਦੀ ਇੰਨੀ ਟਿੱਕੀ ਬੈਂਗਲੋਰ ਤੋਂ, ਕਿਉਂ ਮੰਗਾਉਣਾ ਪੈਂਦਾ? ਕਿਉਂਕਿ ਉਹ ਪਿਓਰ ਹੈ, ਉਹ ਨੈਚੁਰਲ ਬਣਾਇਆ। ਮੇਰਾ ਸ਼ਹਿਰ ਬਾਹਰੋਂ ਕਿਉਂ ਆਵੇ, ਸਾਊਥ ਤੋਂ ਕਿਉਂ ਆਵੇ? ਉੱਥੇ ਲੋਕ ਪੜ੍ਹੇ ਲਿਖੇ ਲੋਕ ਹੈ, ਉਹ ਲੋਕ ਪੜ੍ਹਦੇ ਹੈ, ਉਹ ਲੋਕਾਂ ਨੂੰ ਸਮਝ ਹੈ ਵੀ ਜੇ ਅਸੀਂ ਗਲਤ ਚੀਜ਼ ਪ੍ਰੋਡਿਊਸ ਕਰਾਂਗੇ ਸਾਡੀ ਬਾਜ਼ਾਰ 'ਚ ਨਹੀਂ ਵਿਕੂ। ਜਿੱਦਣ ਸਾਨੂੰ ਸਮਝ ਆ ਗਈ ਚਾਹੇ ਥੋੜ੍ਹੀ ਚੀਜ਼ ਲਾਈਏ, ਸਾਨੂੰ ਕੁਆਲਿਟੀ। ਕੇਲੇ ਪਕਾ ਪਕਾ ਤੁਸੀਂ ਬਾਜ਼ਾਰ 'ਚ ਵੇਚ ਰਹੇ ਹੋ, ਅੱਧਾ ਐਸਿਡ ਹੈ ਤੁਹਾਡਾ ਕੇਲਾ, ਅੱਜ ਪੰਜਾਬ ਤੋਂ ਬਾਹਰ ਕੱਢੋਗੇ ਕੋਈ ਖਾਊਗਾ? ਸੇਬ 'ਤੇ ਤੁਸੀਂ ਵੈਕਸ ਲਾ ਰਹੇ ਹੋ, ਗਲਤੀਆਂ ਕੌਣ ਕਰ ਰਿਹਾ? ਆਪਾਂ ਕਰ ਰਹੇ ਹਾਂ ਗਲਤੀਆਂ। ਜਿੱਦਣ ਆਪਾਂ ਸੁਧਰ ਗਏ ਆਪਣਾ ਸਮਾਨ ਵੀ ਵਿਕੂਗਾ, ਪਰ ਇਹਦੇ ਵਿੱਚ ਸਰਕਾਰ ਦੀ ਗਲਤੀ ਹੁੰਦੀ ਹੈ, ਕਿਉਂਕਿ ਜਦ ਤੱਕ ਸਰਕਾਰ ਦਾ ਡੰਡਾ ਨਾ ਚੱਲੇ, ਜੇ ਮੇਰਾ ਬਾਪ ਮੇਰੇ ਨਾਲ ਸਟ੍ਰਿਕਟ ਨਾ ਹੁੰਦਾ ਤਾਂ ਮੈਂ ਵੀ ਪੁੱਠੇ ਰਸਤੇ 'ਤੇ ਚੱਲਦੀ। ਸੋ ਮਾਂ ਬਾਪ ਹੁੰਦੀ ਹੈ, ਸਰਕਾਰ ਮਾਂ ਬਾਪ ਹੁੰਦੀ ਹੈ, ਆਪਣੀ ਸਟੇਟ ਦੀ ਪ੍ਰੋਵਾਈਡਡ ਉਹ ਸਮਝੇ ਵੀ ਮੈਂ ਮਾਂ ਬਾਪ ਹਾਂ ਆਪਣੇ ਬੰਦਿਆਂ ਦੀ, ਮੈਂ ਉਹਨਾਂ ਨੂੰ ਸਹੀ ਰਸਤੇ 'ਤੇ ਪਾਉਣਾ, ਮੈਂ ਇਹੋ ਜਿਹੇ ਰੂਲਸ ਬਣਾਵਾਂ। ਪਰ ਜਦੋਂ ਰੂਲਸ ਬਣਾਵਾਂ ਸਭ ਤੋਂ ਪਹਿਲਾਂ ਆਪ ਫੋਲੋ ਕਰਾਂ। ਮੈਡਮ, ਮੇਰਾ ਲਾਸਟ ਸਵਾਲ ਹੈ, 2022 ਦੀ ਚੋਣਾਂ ਆ ਰਹੀ ਹੈ, ਹੁਣ ਤੁਸੀਂ ਤਿਆਰ ਹੋ ਚੋਣਾਂ ਲੜਨ? ਦੇਖੋ, ਮੈਂ ਤਾਂ ਪੋਲੀਟਿਕਸ ਸਹੀ ਨਹੀਂ ਹੁਣ, ਮੈਂ ਤਾਂ ਨੋਨ ਪੋਲੀਟੀਕਲ ਹਾਂ। ਮੈਂ ਤਾਂ ਸਪੋਰਟ ਕਰਦੀ ਹਾਂ ਹੁਣ ਚੰਗੇ ਬੰਦਿਆਂ ਨੂੰ। ਆਪਾਂ ਤਾਂ ਸਿੱਧੀ ਜੀ ਗੱਲ ਹੈ, ਆਪਾਂ ਤਾਂ ਮੇਰੇ ਘਰ ਵਾਲੇ ਨੇ ਮੈਨੂੰ 4 ਸਾਲ ਪਹਿਲਾਂ ਹੀ ਬਾਹਰ ਬਿਠਾਤਾ, ਠੀਕ ਹੈ ਨਾ? ਹਜੇ ਕਿ ਮੈਂ ਇੱਕ ਡਾਕਟਰ ਸੀ, ਪ੍ਰੈਕਟਿਸਿੰਗ ਸੀ ਆਪਣੇ ਲੈਵਲ 'ਤੇ, ਆਪ ਇੱਕ CPS ਸੀ, ਬਟ ਉਹਨੂੰ ਲੱਗਿਆ ਨੈਪੋਟਿਜ਼ਮ ਕਹੀ ਗਈ ਹੈ ਵੀ ਵਾਈਫ ਨੂੰ ਨਹੀਂ ਮਿਲਣਾ ਚਾਹੀਦਾ, ਉਹਨੇ ਮੈਨੂੰ ਘਰ ਬਿਠਾਤਾ, ਮੈਂ ਆਰਾਮ ਨਾਲ ਘਰ ਬੈਠ ਗਈ। ਮੈਂ ਸੋਸ਼ਲ ਵਰਕ ਕਰਕੇ ਬਹੁਤ ਖੁਸ਼ ਹਾਂ। ਫਿਲਹਾਲ ਮੇਰਾ ਇੱਕੋ ਹੀ ਮਕਸਦ ਹੈ, ਚੰਗੇ ਬੰਦੇ ਅੱਗੇ ਲੈ ਕੇ ਆਉਣਾ, ਜਿਹੜੇ ਲੋਕਾਂ ਦੀਆਂ ਤਕਲੀਫਾਂ ਨੂੰ ਹੱਲ ਕਰਨ, ਸੋਸ਼ਲ ਕੰਮ ਕਰਨੇ, ਜਾਨਵਰਾਂ ਦਾ ਖਿਆਲ ਰੱਖਣਾ, ਬੂਟਿਆਂ ਦਾ ਖਿਆਲ ਰੱਖਣਾ, ਵਾਤਾਵਰਨ ਦਾ ਖਿਆਲ ਰੱਖਣਾ। ਸਭ ਤੋਂ ਜ਼ਰੂਰੀ ਕਿਸਾਨ ਨੂੰ ਇਸ ਪੀੜਤ ਵਾਲੀ ਅਵਸਥਾ ਤੋਂ ਕੱਢ ਕੇ ਲਖਪਤੀ ਬਣਾਉਣਾ ਅਤੇ ਬੱਚਿਆਂ ਨੂੰ ਬਾਹਰ ਜਾਣ ਤੋਂ ਰੋਕਣਾ। ਪਟਿਆਲਾ ਤੋਂ ਅਮਨਦੀਪ ਸਿੰਘ ਦੀ ਰਿਪੋਰਟ। ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ।
ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇਹਨਾਂ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼, ਅਜੀਤ।